ਇਸ ਨੂੰ ਕਹਿੰਦੇ ਨੇ ਉੱਡਣਾ ਸੱਪ, ਜੋ ਕਈਆਂ ਦੀ ਜਾਨ ਤੇ ਭਾਰੀ ਪੈ ਸਕਦਾ ਸੀ ਜੇਕਰ ਲੋਕ ਮੁਸਤੈਦੀ ਦੇ ਨਾਲ ਇੱਥੋਂ ਨਾ ਭੱਜਦੇ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਇੱਕ ਉੱਡਣਾ ਸੱਪ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਨੇ ਲੋਕਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸਪੀਡ ਇੰਨੀ ਤੇਜ਼ ਸੀ ਕਿ ਇੱਕ ਸਾਈਡ ਤੋਂ ਦੂਜੀ ਸਾਈਡ ਉੱਡਦਾ ਹੋਇਆ ਚਲਿਆ ਗਿਆ। ਔਰ ਸੈਲੂਨ ਇੱਥੇ ਇੱਕ ਮੌਜੂਦ ਹੈ, ਉਸਦੇ ਸ਼ੀਸ਼ੇ ਦੇ ਵਿੱਚ ਦੋ ਵਾਰ ਟਕਰਾ ਗਿਆ। ਔਰ ਮੌਕੇ 'ਤੇ ਜੋ ਲੋਕਾਂ ਨੇ ਇਹ ਵਾਕਿਆ ਦੇਖਿਆ ਉਹ ਇੱਕਦਮ ਡਰ ਗਏ। ਸਹਿਮ ਦਾ ਮਾਹੌਲ ਹੁਣ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੈ ਔਰ ਉਹ ਭੱਜ ਕੇ ਇੱਥੋਂ ਆਪਣੀ ਜਾਨ ਬਚਾਉਂਦੇ ਹੋਏ ਚਲੇ ਗਏ। ਔਰ ਇਹ ਉੱਡਣਾ ਸੱਪ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਜਿਨ੍ਹਾਂ ਨੇ ਇਸ ਉੱਡਣੇ ਸੱਪ ਨੂੰ ਦੇਖਿਆ ਉਹਨਾਂ ਨੇ ਦੱਸਿਆ ਕਿ ਇਸ ਸੱਪ ਦੇ ਵੱਲੋਂ ਵਾਰ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੈਲੂਨ ਦੇ ਸ਼ੀਸ਼ੇ ਦੇ ਨਾਲ ਦੋ ਵਾਰ ਟਕਰਾ ਗਿਆ ਔਰ ਬੜੀ ਮੁਸ਼ਕਲ ਦੇ ਨਾਲ ਲੋਕ ਆਪਣੀ ਜਾਨ ਬਚਾ ਕੇ ਇੱਥੋਂ ਭੱਜੇ ਨੇ। ਔਰ ਇਹ ਉੱਡਣਾ ਸੱਪ ਕੈਮਰੇ ਦੇ ਵਿੱਚ ਕੈਦ ਹੋਇਆ, ਇੱਕ ਸਾਈਡ ਤੋਂ ਉੱਡਦਾ ਹੋਇਆ ਇਹ ਉੱਡਣਾ ਸੱਪ ਦੂਸਰੀ ਸਾਈਡ ਉੱਡ ਕੇ ਚਲਾ ਗਿਆ। ਔਰ ਪੂਰਾ ਕਾਰਨਾਮਾ, ਪੂਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਜਲਾਲਾਬਾਦ ਤੋਂ ਇਹ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਅਕਸਰ ਤੁਸੀਂ ਕੋਬਰਾ ਸੱਪ ਜਾਂ ਹੋਰ ਖਤਰਨਾਕ ਸੱਪ ਦੇਖੇ ਹੋਣਗੇ, ਪਰ ਇਹ ਤਸਵੀਰਾਂ ਉੱਡਣੇ ਸੱਪ ਦੀਆਂ ਨੇ ਜੋ ਕਈ ਲੋਕਾਂ ਦੀ ਜਾਨ ਤੇ ਭਾਰੀ ਪੈ ਸਕਦਾ ਸੀ। ਉੱਡਦੇ ਹੋਏ ਇਸ ਸੱਪ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਗਣੀਮਤ ਰਹੀ ਕਿ ਬਚਾ ਰਿਹਾ, ਕਿਸੇ ਦੇ ਡੰਗ ਨਹੀਂ ਵੱਜਿਆ, ਤਾਂ ਲੋਕ ਆਪਣੀ ਜਾਨ ਬਚਾ ਕੇ ਇੱਥੋਂ ਭੱਜੇ ਨੇ। ਤਾਂ ਦੱਸ ਦਈਏ ਕਿ ਇੱਥੇ ਇੱਕ ਸੈਲੂਨ ਹੈ, ਉਹਨਾਂ ਦੇ ਸੰਚਾਲਕਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਸ਼ੀਸ਼ੇ ਦੇ ਵਿੱਚ ਦੋ ਵਾਰ ਟਕਰਾਇਆ। ਗਣੀਮਤ ਰਹੀ ਕਿ ਲੋਕ ਉੱਥੇ ਮੌਜੂਦ ਨਹੀਂ ਸਨ, ਉਹ ਭੱਜ ਗਏ ਸਨ, ਹਫੜਾ ਦਫੜੀ ਮੱਚ ਗਈ ਸੀ ਇਸ ਸੱਪ ਨੂੰ ਦੇਖ ਕੇ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੋ ਸ਼ਖਸ ਨੇ ਜਿਹੜੇ ਉਹ ਇੱਕ ਬੈਂਚ 'ਤੇ ਬੈਠੇ ਹੋਏ ਨੇ ਔਰ ਉਹਨਾਂ ਦੀ ਨਜ਼ਰ ਆ ਜਿਹੜੀ ਉੱਡਣੇ ਹੋਏ ਸੱਪ 'ਤੇ ਪੈਂਦੀ ਹੈ। ਤਾਂ ਉੱਡਦਾ ਹੋਇਆ ਇਹ ਸੱਪ ਸੈਲੂਨ ਦੇ ਸ਼ੀਸ਼ੇ ਦੇ ਵਿੱਚ ਦੋ ਵਾਰ ਟਕਰਾ ਗਿਆ, ਫਿਰ ਕਿਧਰੇ ਚਲਾ ਗਿਆ। ਤਾਂ ਲੋਕਾਂ ਦੇ ਵਿੱਚ ਹਾਲੇ ਵੀ ਡਰ ਦਾ ਮਾਹੌਲ ਹੈ, ਸੰਚਾਲਕਾਂ ਨੂੰ ਰਾਤ ਨੀਂਦ ਵੀ ਨਹੀਂ ਆਈ ਇਹ ਪੂਰਾ ਦ੍ਰਿਸ਼ ਦੇਖਣ ਤੋਂ ਬਾਅਦ। ਤਾਂ ਉੱਡਣਾ ਸੱਪ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਉੱਡਣੇ ਸੱਪ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਦੱਸਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਚਾ ਰਿਹਾ। ਜਲਾਲਾਬਾਦ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਸੈਲੂਨ ਦੇ ਬਾਹਰ ਜਿੰਨੇ ਵੀ ਲੋਕ ਖੜ੍ਹੇ ਸੀ ਉਹਨਾਂ ਨੇ ਆਪਣੇ ਅੱਖੀਂ ਦੇਖਿਆ, ਉਹਨਾਂ ਨੇ ਦੱਸਿਆ ਕਿ ਇਹ ਹੈਰਾਨ ਕਰ ਦੇਣ ਵਾਲਾ ਵਾਕਿਆ ਸੀ, ਵੀਡੀਓ ਸੀ। ਜਦੋਂ ਸੀਸੀਟੀਵੀ ਕੈਮਰੇ ਖੁੰਘਾਲੇ ਗਏ ਤਾਂ ਸਾਫ਼ ਤੌਰ 'ਤੇ ਇਹ ਉੱਡਣਾ ਹੋਇਆ ਸੱਪ ਕੈਮਰੇ ਦੇ ਵਿੱਚ ਕੈਦ ਹੋਇਆ। ਇਸ ਨੂੰ ਕਹਿੰਦੇ ਨੇ ਉੱਡਣਾ ਸੱਪ, ਜੋ ਕਈਆਂ ਦੀ ਜਾਨ ਤੇ ਭਾਰੀ ਪੈ ਸਕਦਾ ਸੀ ਜੇਕਰ ਲੋਕ ਮੁਸਤੈਦੀ ਦੇ ਨਾਲ ਇੱਥੋਂ ਨਾ ਭੱਜਦੇ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਇੱਕ ਉੱਡਣਾ ਸੱਪ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਨੇ ਲੋਕਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਸਪੀਡ ਇੰਨੀ ਤੇਜ਼ ਸੀ ਕਿ ਇੱਕ ਸਾਈਡ ਤੋਂ ਦੂਜੀ ਸਾਈਡ ਉੱਡਦਾ ਹੋਇਆ ਚਲਿਆ ਗਿਆ। ਔਰ ਸੈਲੂਨ ਇੱਥੇ ਇੱਕ ਮੌਜੂਦ ਹੈ, ਉਸਦੇ ਸ਼ੀਸ਼ੇ ਦੇ ਵਿੱਚ ਦੋ ਵਾਰ ਟਕਰਾ ਗਿਆ। ਔਰ ਮੌਕੇ 'ਤੇ ਜੋ ਲੋਕਾਂ ਨੇ ਇਹ ਵਾਕਿਆ ਦੇਖਿਆ ਉਹ ਇੱਕਦਮ ਡਰ ਗਏ। ਸਹਿਮ ਦਾ ਮਾਹੌਲ ਹੁਣ ਵੀ ਉਹਨਾਂ ਦੇ ਮਨਾਂ ਦੇ ਵਿੱਚ ਹੈ ਔਰ ਉਹ ਭੱਜ ਕੇ ਇੱਥੋਂ ਆਪਣੀ ਜਾਨ ਬਚਾਉਂਦੇ ਹੋਏ ਚਲੇ ਗਏ। ਔਰ ਇਹ ਉੱਡਣਾ ਸੱਪ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਜਿਨ੍ਹਾਂ ਨੇ ਇਸ ਉੱਡਣੇ ਸੱਪ ਨੂੰ ਦੇਖਿਆ ਉਹਨਾਂ ਨੇ ਦੱਸਿਆ ਕਿ ਇਸ ਸੱਪ ਦੇ ਵੱਲੋਂ ਵਾਰ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੈਲੂਨ ਦੇ ਸ਼ੀਸ਼ੇ ਦੇ ਨਾਲ ਦੋ ਵਾਰ ਟਕਰਾ ਗਿਆ ਔਰ ਬੜੀ ਮੁਸ਼ਕਲ ਦੇ ਨਾਲ ਲੋਕ ਆਪਣੀ ਜਾਨ ਬਚਾ ਕੇ ਇੱਥੋਂ ਭੱਜੇ ਨੇ।
ਔਰ ਇਹ ਉੱਡਣਾ ਸੱਪ ਕੈਮਰੇ ਦੇ ਵਿੱਚ ਕੈਦ ਹੋਇਆ। ਇੱਕ ਸਾਈਡ ਤੋਂ ਉੱਡਦਾ ਹੋਇਆ ਇਹ ਉੱਡਣਾ ਸੱਪ ਦੂਸਰੀ ਸਾਈਡ ਉੱਡ ਕੇ ਚਲਾ ਗਿਆ ਔਰ ਪੂਰਾ ਕਾਰਨਾਮਾ ਪੂਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤਾਂ ਜਲਾਲਾਬਾਦ ਤੋਂ ਇਹ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਅਕਸਰ ਤੁਸੀਂ ਕੋਬਰਾ ਸੱਪ ਜਾਂ ਹੋਰ ਖਤਰਨਾਕ ਸੱਪ ਦੇਖੇ ਹੋਣਗੇ, ਪਰ ਇਹ ਤਸਵੀਰਾਂ ਉੱਡਣੇ ਸੱਪ ਦੀਆਂ ਨੇ ਜੋ ਕਈ ਲੋਕਾਂ ਦੀ ਜਾਨ 'ਤੇ ਭਾਰੀ ਪੈ ਸਕਦਾ ਸੀ। ਉੱਡਦੇ ਹੋਏ ਇਸ ਸੱਪ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਗਣੀਮਤ ਰਹੀ ਕਿ ਬਚਾ ਰਿਹਾ, ਕਿਸੇ ਦੇ ਡੰਗ ਨਹੀਂ ਵੱਜਿਆ, ਤਾਂ ਲੋਕ ਆਪਣੀ ਜਾਨ ਬਚਾ ਕੇ ਇੱਥੋਂ ਭੱਜੇ ਨੇ। ਤਾਂ ਦੱਸ ਦਈਏ ਕਿ ਇੱਥੇ ਇੱਕ ਸੈਲੂਨ ਹੈ, ਉਹਨਾਂ ਦੇ ਸੰਚਾਲਕਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਸ਼ੀਸ਼ੇ ਦੇ ਵਿੱਚ ਦੋ ਵਾਰ ਟਕਰਾਇਆ। ਗਣੀਮਤ ਰਹੀ ਕਿ ਲੋਕ ਉੱਥੇ ਮੌਜੂਦ ਨਹੀਂ ਸਨ, ਉਹ ਭੱਜ ਗਏ ਸਨ, ਹਫੜਾ ਦਫੜੀ ਮੱਚ ਗਈ ਸੀ ਇਸ ਸੱਪ ਨੂੰ ਦੇਖ ਕੇ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦੋ ਸ਼ਖਸ ਨੇ ਜਿਹੜੇ ਉਹ ਇੱਕ ਬੈਂਚ 'ਤੇ ਬੈਠੇ ਹੋਏ ਨੇ ਔਰ ਉਹਨਾਂ ਦੀ ਨਜ਼ਰ ਆ ਜਿਹੜੀ ਉੱਡਨੇ ਹੋਏ ਸੱਪ 'ਤੇ ਪੈਂਦੀ ਹੈ। ਤਾਂ ਉੱਡਦਾ ਹੋਇਆ ਇਹ ਸੱਪ ਸੈਲੂਨ ਦੇ ਸ਼ੀਸ਼ੇ ਦੇ ਵਿੱਚ ਦੋ ਵਾਰ ਟਕਰਾ ਗਿਆ, ਫਿਰ ਕਿਧਰੇ ਚਲਾ ਗਿਆ। ਤਾਂ ਲੋਕਾਂ ਦੇ ਵਿੱਚ ਹਾਲੇ ਵੀ ਡਰ ਦਾ ਮਾਹੌਲ ਹੈ, ਸੰਚਾਲਕਾਂ ਨੂੰ ਰਾਤ ਨੀਂਦ ਵੀ ਨਹੀਂ ਆਈ ਇਹ ਪੂਰਾ ਦ੍ਰਿਸ਼ ਦੇਖਣ ਤੋਂ ਬਾਅਦ। ਤਾਂ ਉੱਡਣਾ ਸੱਪ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇਸ ਉੱਡਣੇ ਸੱਪ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਦੱਸਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਚਾ ਰਿਹਾ। ਜਲਾਲਾਬਾਦ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਸੈਲੂਨ ਦੇ ਬਾਹਰ ਜਿੰਨੇ ਵੀ ਲੋਕ ਖੜ੍ਹੇ ਸੀ ਉਹਨਾਂ ਨੇ ਆਪਣੇ ਅੱਖੀਂ ਦੇਖਿਆ, ਉਹਨਾਂ ਨੇ ਦੱਸਿਆ ਕਿ ਇਹ ਹੈਰਾਨ ਕਰ ਦੇਣ ਵਾਲਾ ਵਾਕਿਆ ਸੀ, ਵੀਡੀਓ ਸੀ। ਜਦੋਂ ਸੀਸੀਟੀਵੀ ਕੈਮਰੇ ਖੁੰਘਾਲੇ ਗਏ ਤਾਂ ਸਾਫ਼ ਤੌਰ 'ਤੇ ਇਹ ਉੱਡਣਾ ਹੋਇਆ ਸੱਪ ਕੈਮਰੇ ਦੇ ਵਿੱਚ ਕੈਦ ਹੋਇਆ।